ਸੀਗਾ ਬਾਈ ਜੀ, ਮਾਮਲਾ ਇੱਦਾਂ ਸੀਗਾ ਕਿ ਮੈਂ ਆਪਣੀ ਦੁਕਾਨ ਰਾਮਗੜੋਂ ਵਧਾ ਕੇ 6:30 ਵਜੇ ਦਾ ਟਾਈਮ ਸੀ, ਮੈਂ ਘਰ ਆ ਰਿਹਾ ਸੀ, ਨਾਲ ਮੇਰੀ ਵਾਈਫ ਅਤੇ ਬੇਟੀ ਸੀਗੇ। ਜਦੋਂ ਅਸੀਂ ਜੀ ਕੇ ਸਟੇਟ ਤੋਂ ਇੱਧਰ ਨੂੰ ਆਪਾਂ ਮੁੰਡੀਆਂ ਵਾਲੇ ਪਾਸੇ ਨੂੰ ਆਏ ਹਾਂ, ਨਿਕਲੇ ਹਾਂ, ਉਹਦੇ ਬਾਅਦ ਇੱਕ ਮੋਟਰਸਾਈਕਲ ਵਾਲਾ ਮੇਰੇ ਪਿੱਛੇ ਲੱਗਿਆ ਉੱਥੋਂ ਜੀ। ਆਉਂਦੇ ਆਉਂਦੇ ਚੌਂਕੀ ਵਾਲੇ ਰਸਤੇ 'ਤੇ ਇਹਨਾਂ ਨੇ ਮੈਨੂੰ 2 ਵਾਰੀ ਮੇਰੇ ਐਕਟੀਵਾ ਦੇ ਮੂਹਰੇ ਮੋਟਰਸਾਈਕਲ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਾਈਡ ਦੀ ਕਰਕੇ ਕੱਢ ਲਿਆ। ਜਦੋਂ ਮੈਂ ਉੱਥੋਂ ਆ ਕੇ ਆਪਣੀ ਗਲੀ ਦੇ ਵਿੱਚ ਐਂਟਰ ਕੀਤਾਗਾ, ਐਂਟਰ ਕਰਦੇ ਹੋਏ ਮੈਨੂੰ ਵਾਈਫ ਨੇ ਬਾਅਦ 'ਚੋਂ ਦੱਸਿਆ ਕਿ ਇਹ ਆਪਣੇ ਪਿੱਛੇ ਕਦੋਂ ਦੇ ਹੱਥ ਪੱਲੇ ਮਾਰਦੇ ਪਏ ਨੇ। ਪਰ ਜਦੋਂ ਮੈਂ ਆ ਕੇ ਐਕਟੀਵਾ ਰੋਕੀ, ਐਕਟੀਵਾ ਰੋਕ ਕੇ ਵਾਈਫ ਮੇਰੀ ਉਤਰਨ ਲੱਗੀ ਤਾਂ ਉਸ ਟਾਈਮ ਉਹ ਆ ਕੇ ਸਾਡੇ ਕੋਲੇ ਖੜ ਗਏ। ਕੋਲੇ ਖੜੇ ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੈਨੂੰ ਤਕਲੀਫ਼ ਕੀ ਆ? ਉਹ ਕਹਿੰਦਾ ਜਦੋਂ ਉਹ ਮੇਰੇ ਕੋਲ ਦੀ ਆਉਣ ਲੱਗੇ ਸਾਡੀ ਉਹਦੇ ਵਿੱਚ ਹੱਥੋਂ ਪਾਈ ਹੋਈ ਮਾੜੀ ਮੋਟੀ, ਅਤੇ ਹੱਥੋਂ ਪਾਈ ਦੇ ਵਿੱਚ ਉਹ ਛੜਾ ਕੇ ਇੱਕ ਬੁਲਟ 'ਤੇ ਸੀ, ਤਿੰਨ ਮੁੰਡੇ ਬੁਲਟ 'ਤੇ ਸੀਗੇ, ਪਿੱਛੋਂ ਬੁਲਟ 'ਤੇ ਵੀ ਆ ਗਿਆ ਸੀਗਾ, ਅਤੇ 3 ਮੁੰਡੇ ਸਪਲੈਂਡਰ ਮੋਟਰਸਾਈਕਲ 'ਤੇ ਸੀਗੇ। ਇਹ 6 ਜਣੇ ਸੀ, 6 ਜਣੇ ਫਿਰ ਉੱਥੋਂ ਐਟ ਏ ਟਾਈਮ ਭੱਜ ਗਏ, ਅਤੇ ਅਸੀਂ ਉਹਨਾਂ ਨੂੰ ਦੇਖਿਆ, ਪਿੱਛਾ ਕੀਤਾ, ਸਾਨੂੰ ਲੱਭੇ ਨਹੀਂ। ਉਹਦੇ ਬਾਅਦ ਇਹ 30 ਤੋਂ 35 ਮੁੰਡੇ ਲੈ ਕੇ ਦੁਬਾਰਾ ਸਾਡੀ ਗਲੀ 'ਚ ਮੇਰੇ ਘਰ ਦੇ ਬਾਹਰ, ਮੈਂ ਇਕੱਲਾ ਬੈਠਾ ਸੀ, ਮੇਰੇ 'ਤੇ ਆ ਕੇ ਇਹਨਾਂ ਨੇ ਹਮਲਾ ਕੀਤਾ। ਕਿ ਕਾਰਨ ਕੀ ਸੀਗਾ? ਕਾਰਨ ਭਾਅ ਜੀ ਇਹੀ ਸੀਗਾ ਕਿ ਇਹ ਮੈਨੂੰ ਜਿੱਥੇ ਕਿ ਸ਼ੱਕ ਆ ਕਿ ਇਹ ਲੁੱਟ ਖੋਹ ਕਰਨ ਦੇ ਮਾਮਲੇ ਦੇ ਵਿੱਚ ਮੇਰੇ ਪਿੱਛੇ ਲੱਗੇ ਹੋਏ ਸੀਗੇ। ਤੁਹਾਡੇ ਕੋਲ ਕੈਸ਼ ਜਾਂ ਕੁਛ ਇੱਦਾਂ ਦੇ ਚੀਜ਼ਾਂ ਸੀ? ਮੈਂ ਦੁਕਾਨ ਵਧਾ ਕੇ ਆ ਰਿਹਾ ਸੀ, ਮੇਰੇ ਕੋਲ ਥੋੜ੍ਹਾ ਜਿਹਾ ਕੈਸ਼ ਵੀ ਸੀ ਅਤੇ ਥੋੜ੍ਹਾ ਬੋਲ ਸੀਗਾ। ਬਾਈ ਜੀ ਮਾਮਲਾ ਇੱਦਾਂ ਸੀਗਾ ਕਿ ਮੈਂ ਆਪਣੀ ਦੁਕਾਨ ਰਾਮਗੜੋਂ ਵਧਾ ਕੇ 6:30 ਵਜੇ ਦਾ ਟਾਈਮ ਸੀ, ਮੈਂ ਘਰ ਆ ਰਿਹਾ ਸੀ, ਨਾਲ ਮੇਰੀ ਵਾਈਫ ਅਤੇ ਬੇਟੀ ਸੀਗੇ। ਜਦੋਂ ਅਸੀਂ ਜੀ ਕੇ ਸਟੇਟ ਤੋਂ ਇੱਧਰ ਨੂੰ ਆਪਾਂ ਮੁੰਡੀਆਂ ਵਾਲੇ ਪਾਸੇ ਨੂੰ ਆਏ ਹਾਂ, ਨਿਕਲੇ ਹਾਂ, ਉਹਦੇ ਬਾਅਦ ਇੱਕ ਮੋਟਰਸਾਈਕਲ ਵਾਲਾ ਮੇਰੇ ਪਿੱਛੇ ਲੱਗਿਆ ਉੱਥੋਂ ਜੀ। ਆਉਂਦੇ ਆਉਂਦੇ ਚੌਂਕੀ ਵਾਲੇ ਰਸਤੇ 'ਤੇ ਇਹਨਾਂ ਨੇ ਮੈਨੂੰ 2 ਵਾਰੀ ਮੇਰੇ ਐਕਟੀਵਾ ਦੇ ਮੂਹਰੇ ਮੋਟਰਸਾਈਕਲ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਾਈਡ ਦੀ ਕਰਕੇ ਕੱਢ ਲਿਆ। ਜਦੋਂ ਮੈਂ ਉੱਥੋਂ ਆ ਕੇ ਆਪਣੀ ਗਲੀ ਦੇ ਵਿੱਚ ਐਂਟਰ ਕੀਤਾਗਾ, ਐਂਟਰ ਕਰਦੇ ਹੋਏ ਮੈਨੂੰ ਵਾਈਫ ਨੇ ਬਾਅਦ 'ਚੋਂ ਦੱਸਿਆ ਕਿ ਇਹ ਆਪਣੇ ਪਿੱਛੇ ਕਦੋਂ ਦੇ ਹੱਥ ਪੱਲੇ ਮਾਰਦੇ ਪਏ ਨੇ। ਪਰ ਜਦੋਂ ਮੈਂ ਆ ਕੇ ਐਕਟੀਵਾ ਰੋਕੀ, ਐਕਟੀਵਾ ਰੋਕ ਕੇ ਵਾਈਫ ਮੇਰੀ ਉਤਰਨ ਲੱਗੀ ਤਾਂ ਉਸ ਟਾਈਮ ਉਹ ਆ ਕੇ ਸਾਡੇ ਕੋਲੇ ਖੜ ਗਏ। ਕੋਲੇ ਖੜੇ ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੈਨੂੰ ਤਕਲੀਫ਼ ਕੀ ਆ? ਉਹ ਕਹਿੰਦਾ ਜਦੋਂ ਉਹ ਮੇਰੇ ਕੋਲ ਦੀ ਆਉਣ ਲੱਗੇ ਸਾਡੀ ਉਹਦੇ ਵਿੱਚ ਹੱਥੋਂ ਪਾਈ ਹੋਈ ਮਾੜੀ ਮੋਟੀ, ਅਤੇ ਹੱਥੋਂ ਪਾਈ ਦੇ ਵਿੱਚ ਉਹ ਛੜਾ ਕੇ ਇੱਕ ਬੁਲਟ 'ਤੇ ਸੀ, 3 ਮੁੰਡੇ ਬੁਲਟ 'ਤੇ ਸੀਗੇ, ਪਿੱਛੋਂ ਬੁਲਟ 'ਤੇ ਵੀ ਆ ਗਿਆ ਸੀਗਾ, ਅਤੇ 3 ਮੁੰਡੇ ਸਪਲੈਂਡਰ ਮੋਟਰਸਾਈਕਲ 'ਤੇ ਸੀਗੇ। ਇਹ 6 ਜਣੇ ਸੀ, 6 ਜਣੇ ਫਿਰ ਉੱਥੋਂ ਐਟ ਏ ਟਾਈਮ ਭੱਜ ਗਏ, ਅਤੇ ਅਸੀਂ ਉਹਨਾਂ ਨੂੰ ਦੇਖਿਆ, ਪਿੱਛਾ ਕੀਤਾ, ਸਾਨੂੰ ਲੱਭੇ ਨਹੀਂ। ਉਹਦੇ ਬਾਅਦ ਇਹ 30 ਤੋਂ 35 ਮੁੰਡੇ ਲੈ ਕੇ ਦੁਬਾਰਾ ਸਾਡੀ ਗਲੀ 'ਚ ਮੇਰੇ ਘਰ ਦੇ ਬਾਹਰ, ਮੈਂ ਇਕੱਲਾ ਬੈਠਾ ਸੀ, ਮੇਰੇ 'ਤੇ ਆ ਕੇ ਇਹਨਾਂ ਨੇ ਹਮਲਾ ਕੀਤਾ। ਕਿ ਕਾਰਨ ਕੀ ਸੀਗਾ? ਕਾਰਨ ਭਾਅ ਜੀ ਇਹੀ ਸੀਗਾ ਕਿ ਇਹ ਮੈਨੂੰ ਜਿੱਥੇ ਕਿ ਸ਼ੱਕ ਆ ਕਿ ਇਹ ਲੁੱਟ ਖੋਹ ਕਰਨ ਦੇ ਮਾਮਲੇ ਦੇ ਵਿੱਚ ਮੇਰੇ ਪਿੱਛੇ ਲੱਗੇ ਹੋਏ ਸੀਗੇ। ਤੁਹਾਡੇ ਕੋਲ ਕੈਸ਼ ਜਾਂ ਕੁਛ ਇੱਦਾਂ ਦੀ ਚੀਜ਼ਾਂ ਸੀ? ਮੈਂ ਦੁਕਾਨ ਵਧਾ ਕੇ ਆ ਰਿਹਾ ਸੀ, ਮੇਰੇ ਕੋਲ ਥੋੜ੍ਹਾ ਜਿਹਾ ਕੈਸ਼ ਵੀ ਸੀ ਅਤੇ ਥੋੜ੍ਹਾ ਬੋਲ ਸੀਗਾ। ਬਾਈ ਜੀ ਮਾਮਲਾ ਇੱਦਾਂ ਸੀਗਾ ਕਿ ਮੈਂ ਆਪਣੀ ਦੁਕਾਨ ਰਾਮਗੜੋਂ ਵਧਾ ਕੇ 6:30 ਵਜੇ ਦਾ ਟਾਈਮ ਸੀ, ਮੈਂ ਘਰ ਆ ਰਿਹਾ ਸੀ, ਨਾਲ ਮੇਰੀ ਵਾਈਫ ਅਤੇ ਬੇਟੀ ਸੀਗੇ। ਜਦੋਂ ਅਸੀਂ ਜੀ ਕੇ ਸਟੇਟ ਤੋਂ ਇੱਧਰ ਨੂੰ ਆਪਾਂ ਮੁੰਡੀਆਂ ਵਾਲੇ ਪਾਸੇ ਨੂੰ ਆਏ ਹਾਂ, ਨਿਕਲੇ ਹਾਂ, ਉਹਦੇ ਬਾਅਦ ਇੱਕ ਮੋਟਰਸਾਈਕਲ ਵਾਲਾ ਮੇਰੇ ਪਿੱਛੇ ਲੱਗਿਆ ਉੱਥੋਂ ਜੀ। ਆਉਂਦੇ ਆਉਂਦੇ ਚੌਂਕੀ ਵਾਲੇ ਰਸਤੇ 'ਤੇ ਇਹਨਾਂ ਨੇ ਮੈਨੂੰ 2 ਵਾਰੀ ਮੇਰੇ ਐਕਟੀਵਾ ਦੇ ਮੂਹਰੇ ਮੋਟਰਸਾਈਕਲ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਾਈਡ ਦੀ ਕਰਕੇ ਕੱਢ ਲਿਆ। ਜਦੋਂ ਮੈਂ ਉੱਥੋਂ ਆ ਕੇ ਆਪਣੀ ਗਲੀ ਦੇ ਵਿੱਚ ਐਂਟਰ ਕੀਤਾਗਾ, ਐਂਟਰ ਕਰਦੇ ਹੋਏ ਮੈਨੂੰ ਵਾਈਫ ਨੇ ਬਾਅਦ 'ਚੋਂ ਦੱਸਿਆ ਕਿ ਇਹ ਆਪਣੇ ਪਿੱਛੇ ਕਦੋਂ ਦੇ ਹੱਥ ਪੱਲੇ ਮਾਰਦੇ ਪਏ ਨੇ। ਪਰ ਜਦੋਂ ਮੈਂ ਆ ਕੇ ਐਕਟੀਵਾ ਰੋਕੀ, ਐਕਟੀਵਾ ਰੋਕ ਕੇ ਵਾਈਫ ਮੇਰੀ ਉਤਰਨ ਲੱਗੀ ਤਾਂ ਉਸ ਟਾਈਮ ਉਹ ਆ ਕੇ ਸਾਡੇ ਕੋਲੇ ਖੜ ਗਏ। ਕੋਲੇ ਖੜੇ ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੈਨੂੰ ਤਕਲੀਫ਼ ਕੀ ਆ? ਉਹ ਕਹਿੰਦਾ ਜਦੋਂ ਉਹ ਮੇਰੇ ਕੋਲ ਦੀ ਆਉਣ ਲੱਗੇ ਸਾਡੀ ਉਹਦੇ ਵਿੱਚ ਹੱਥੋਂ ਪਾਈ ਹੋਈ ਮਾੜੀ ਮੋਟੀ, ਅਤੇ ਹੱਥੋਂ ਪਾਈ ਦੇ ਵਿੱਚ ਉਹ ਛੜਾ ਕੇ ਇੱਕ ਬੁਲਟ 'ਤੇ ਸੀ, 3 ਮੁੰਡੇ ਬੁਲਟ 'ਤੇ ਸੀਗੇ, ਪਿੱਛੋਂ ਬੁਲਟ 'ਤੇ ਵੀ ਆ ਗਿਆ ਸੀਗਾ, ਅਤੇ 3 ਮੁੰਡੇ ਸਪਲੈਂਡਰ ਮੋਟਰਸਾਈਕਲ 'ਤੇ ਸੀਗੇ। ਇਹ 6 ਜਣੇ ਸੀ, 6 ਜਣੇ ਫਿਰ ਉੱਥੋਂ ਐਟ ਏ ਟਾਈਮ ਭੱਜ ਗਏ, ਅਤੇ ਅਸੀਂ ਉਹਨਾਂ ਨੂੰ ਦੇਖਿਆ, ਪਿੱਛਾ ਕੀਤਾ, ਸਾਨੂੰ ਲੱਭੇ ਨਹੀਂ। ਉਹਦੇ ਬਾਅਦ ਇਹ 30 ਤੋਂ 35 ਮੁੰਡੇ ਲੈ ਕੇ ਦੁਬਾਰਾ ਸਾਡੀ ਗਲੀ 'ਚ ਮੇਰੇ ਘਰ ਦੇ ਬਾਹਰ, ਮੈਂ ਇਕੱਲਾ ਬੈਠਾ ਸੀ, ਮੇਰੇ 'ਤੇ ਆ ਕੇ ਇਹਨਾਂ ਨੇ ਹਮਲਾ ਕੀਤਾ। ਕਿ ਕਾਰਨ ਕੀ ਸੀਗਾ? ਕਾਰਨ ਭਾਅ ਜੀ ਇਹੀ ਸੀਗਾ ਕਿ ਇਹ ਮੈਨੂੰ ਜਿੱਥੇ ਕਿ ਸ਼ੱਕ ਆ ਕਿ ਇਹ ਲੁੱਟ ਖੋਹ ਕਰਨ ਦੇ ਮਾਮਲੇ ਦੇ ਵਿੱਚ ਮੇਰੇ ਪਿੱਛੇ ਲੱਗੇ ਹੋਏ ਸੀਗੇ। ਤੁਹਾਡੇ ਕੋਲ ਕੈਸ਼ ਜਾਂ ਕੁਛ ਇੱਦਾਂ ਦੀ ਚੀਜ਼ਾਂ ਸੀ? ਮੈਂ ਦੁਕਾਨ ਵਧਾ ਕੇ ਆ ਰਿਹਾ ਸੀ, ਮੇਰੇ ਕੋਲ ਥੋੜ੍ਹਾ ਜਿਹਾ ਕੈਸ਼ ਵੀ ਸੀ ਅਤੇ ਥੋੜ੍ਹਾ ਬੋਲ ਸੀਗਾ। ਬਾਈ ਜੀ ਮਾਮਲਾ ਇੱਦਾਂ ਸੀਗਾ ਕਿ ਮੈਂ ਆਪਣੀ ਦੁਕਾਨ ਰਾਮਗੜੋਂ ਵਧਾ ਕੇ 6:30 ਵਜੇ ਦਾ ਟਾਈਮ ਸੀ, ਮੈਂ ਘਰ ਆ ਰਿਹਾ ਸੀ, ਨਾਲ ਮੇਰੀ ਵਾਈਫ ਅਤੇ ਬੇਟੀ ਸੀਗੇ। ਜਦੋਂ ਅਸੀਂ ਜੀ ਕੇ ਸਟੇਟ ਤੋਂ ਇੱਧਰ ਨੂੰ ਆਪਾਂ ਮੁੰਡੀਆਂ ਵਾਲੇ ਪਾਸੇ ਨੂੰ ਆਏ ਹਾਂ, ਨਿਕਲੇ ਹਾਂ, ਉਹਦੇ ਬਾਅਦ ਇੱਕ ਮੋਟਰਸਾਈਕਲ ਵਾਲਾ ਮੇਰੇ ਪਿੱਛੇ ਲੱਗਿਆ ਉੱਥੋਂ ਜੀ। ਆਉਂਦੇ ਆਉਂਦੇ ਚੌਂਕੀ ਵਾਲੇ ਰਸਤੇ 'ਤੇ ਇਹਨਾਂ ਨੇ ਮੈਨੂੰ 2 ਵਾਰੀ ਮੇਰੇ ਐਕਟੀਵਾ ਦੇ ਮੂਹਰੇ ਮੋਟਰਸਾਈਕਲ ਲਾਉਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਸਾਈਡ ਦੀ ਕਰਕੇ ਕੱਢ ਲਿਆ। ਜਦੋਂ ਮੈਂ ਉੱਥੋਂ ਆ ਕੇ ਆਪਣੀ ਗਲੀ ਦੇ ਵਿੱਚ ਐਂਟਰ ਕੀਤਾਗਾ, ਐਂਟਰ ਕਰਦੇ ਹੋਏ ਮੈਨੂੰ ਵਾਈਫ ਨੇ ਬਾਅਦ 'ਚੋਂ ਦੱਸਿਆ ਕਿ ਇਹ ਆਪਣੇ ਪਿੱਛੇ ਕਦੋਂ ਦੇ ਹੱਥ ਪੱਲੇ ਮਾਰਦੇ ਪਏ ਨੇ। ਪਰ ਜਦੋਂ ਮੈਂ ਆ ਕੇ ਐਕਟੀਵਾ ਰੋਕੀ, ਐਕਟੀਵਾ ਰੋਕ ਕੇ ਵਾਈਫ ਮੇਰੀ ਉਤਰਨ ਲੱਗੀ ਤਾਂ ਉਸ ਟਾਈਮ ਉਹ ਆ ਕੇ ਸਾਡੇ ਕੋਲੇ ਖੜ ਗਏ। ਕੋਲੇ ਖੜੇ ਤਾਂ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਤੈਨੂੰ ਤਕਲੀਫ਼ ਕੀ ਆ? ਉਹ ਕਹਿੰਦਾ ਜਦੋਂ ਉਹ ਮੇਰੇ ਕੋਲ ਦੀ ਆਉਣ ਲੱਗੇ ਸਾਡੀ ਉਹਦੇ ਵਿੱਚ ਹੱਥੋਂ ਪਾਈ ਹੋਈ ਮਾੜੀ ਮੋਟੀ, ਅਤੇ ਹੱਥੋਂ ਪਾਈ ਦੇ ਵਿੱਚ ਉਹ ਛੜਾ ਕੇ ਇੱਕ ਬੁਲਟ 'ਤੇ ਸੀ, 3 ਮੁੰਡੇ ਬੁਲਟ 'ਤੇ ਸੀਗੇ, ਪਿੱਛੋਂ
ਬਾਈ ਜੀ ਮਾਮਲਾ ਇੱਦਾਂ ਸੀਗਾ ਕਿ ਮੈਂ ਆਪਣੀ ਦੁਕਾਨ ਰਾਮਗੜੋਂ ਵਧਾ ਕੇ 6:30 ਦਾ ਟਾਈਮ ਸੀ ਮੈਂ ਘਰ ਆ ਰਿਹਾ ਸੀ ਨਾਲ ਮੇਰੀ ਵਾਈਫ ਅਤੇ ਬੇਟੀ ਸੀਗੇ ਜਦੋਂ ਅਸੀਂ ਜੀ ਕੇ ਸਟੇਟ ਤੋਂ ਇੱਧਰ ਨੂੰ ਆਪਾਂ ਮੁੰਡੀਆਂ ਵਾਲੇ ਪਾਸੇ ਨੂੰ ਆਏ ਹਾਂ ਨਿਕਲੇ ਹਾਂ ਉਹਦੇ ਬਾਅਦ ਇੱਕ ਮੋਟਰਸਾਈਕਲ ਵਾਲਾ ਮੇਰੇ ਪਿੱਛੇ ਲੱਗਿਆ ਉੱਥੋਂ ਜੀ ਆਉਂਦੇ ਆਉਂਦੇ ਚੌਂਕੀ ਵਾਲੇ ਰਸਤੇ 'ਤੇ ਇਹਨਾਂ ਨੇ ਮੈਨੂੰ 2 ਵਾਰੀ ਮੇਰੇ ਐਕਟੀਵਾ ਦੇ ਮੂਹਰੇ ਮੋਟਰਸਾਈਕਲ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸਾਈਡ ਦੀ ਕਰਕੇ ਕੱਢ ਲਿਆ ਜਦੋਂ ਮੈਂ ਉੱਥੋਂ ਆ ਕੇ ਆਪਣੀ ਗਲੀ ਦੇ ਵਿੱਚ ਐਂਟਰ ਕੀਤਾ ਗਾ ਐਂਟਰ ਕਰਦੇ ਹੋਏ ਮੈਨੂੰ ਵਾਈਫ ਨੇ ਬਾਅਦ 'ਚੋਂ ਦੱਸਿਆ ਕਿ ਇਹ ਆਪਣੇ ਪਿੱਛੇ ਕਦੋਂ ਦੇ ਹੱਥ ਪੱਲੇ ਮਾਰਦੇ ਪਏ ਨੇ ਪਰ ਜਦੋਂ ਮੈਂ ਆ ਕੇ ਐਕਟੀਵਾ ਰੋਕੀ ਐਕਟੀਵਾ ਰੋਕ ਕੇ ਵਾਈਫ ਮੇਰੀ ਉਤਰਨ ਲੱਗੀ ਤਾਂ ਉਸ ਟਾਈਮ ਉਹ ਆ ਕੇ ਸਾਡੇ ਕੋਲੇ ਖੜ ਗਏ ਕੋਲੇ ਖੜੇ ਤਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੈਨੂੰ ਤਕਲੀਫ਼ ਕੀ ਆ ਉਹ ਕਹਿੰਦਾ ਜਦੋਂ ਉਹ ਮੇਰੇ ਕੋਲ ਦੀ ਆਉਣ ਲੱਗੇ ਸਾਡੀ ਉਹਦੇ ਵਿੱਚ ਹੱਥੋਂ ਪਾਈ ਹੋਈ ਮਾੜੀ ਮੋਟੀ ਅਤੇ ਹੱਥੋਂ ਪਾਈ ਦੇ ਵਿੱਚ ਉਹ ਛੜਾ ਕੇ ਇੱਕ ਬੁਲਟ 'ਤੇ ਸੀ ਤਿੰਨ ਮੁੰਡੇ ਬੁਲਟ 'ਤੇ ਸੀਗੇ ਪਿੱਛੋਂ ਬੁਲਟ 'ਤੇ ਵੀ ਆ ਗਿਆ ਸੀਗਾ ਅਤੇ 3 ਮੁੰਡੇ ਸਪਲੈਂਡਰ ਮੋਟਰਸਾਈਕਲ 'ਤੇ ਸੀਗੇ ਇਹ 6 ਜਣੇ ਸੀ 6 ਜਣੇ ਫਿਰ ਉੱਥੋਂ ਐਟ ਏ ਟਾਈਮ ਭੱਜ ਗਏ ਅਤੇ ਅਸੀਂ ਉਹਨਾਂ ਨੂੰ ਦੇਖਿਆ ਪਿੱਛਾ ਕੀਤਾ ਸਾਨੂੰ ਲੱਭੇ ਨਹੀਂ ਉਹਦੇ ਬਾਅਦ ਇਹ 30 ਤੋਂ 35 ਮੁੰਡੇ ਲੈ ਕੇ ਦੁਬਾਰਾ ਸਾਡੀ ਗਲੀ 'ਚ ਮੇਰੇ ਘਰ ਦੇ ਬਾਹਰ ਮੈਂ ਇਕੱਲਾ ਬੈਠਾ ਸੀ ਮੇਰੇ 'ਤੇ ਆ ਕੇ ਇਹਨਾਂ ਨੇ ਹਮਲਾ ਕੀਤਾ ਕਿ ਕਾਰਨ ਕੀ ਸੀਗਾ ਕਾਰਨ ਭਾਅ ਜੀ ਇਹੀ ਸੀਗਾ ਕਿ ਇਹ ਮੈਨੂੰ ਜਿੱਥੇ ਕਿ ਸ਼ੱਕ ਆ ਕਿ ਇਹ ਲੁੱਟ ਖੋਹ ਕਰਨ ਦੇ ਮਾਮਲੇ ਦੇ ਵਿੱਚ ਮੇਰੇ ਪਿੱਛੇ ਲੱਗੇ ਹੋਏ ਸੀਗੇ ਤੁਹਾਡੇ ਕੋਲ ਕੈਸ਼ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਸੀ ਜੀ ਮੈਂ ਦੁਕਾਨ ਵਧਾ ਕੇ ਆ ਰਿਹਾ ਸੀ ਮੇਰੇ ਕੋਲ ਥੋੜ੍ਹਾ ਜਿਹਾ ਕੈਸ਼ ਵੀ ਸੀ ਅਤੇ ਥੋੜ੍ਹਾ ਬੋਲ ਸੀਗਾ ਬਾਈ ਜੀ ਮਾਮਲਾ ਇੱਦਾਂ ਸੀਗਾ ਕਿ ਮੈਂ ਆਪਣੀ ਦੁਕਾਨ ਰਾਮਗੜੋਂ ਵਧਾ ਕੇ 6:30 ਦਾ ਟਾਈਮ ਸੀ ਮੈਂ ਘਰ ਆ ਰਿਹਾ ਸੀ ਨਾਲ ਮੇਰੀ ਵਾਈਫ ਅਤੇ ਬੇਟੀ ਸੀਗੇ ਜਦੋਂ ਅਸੀਂ ਜੀ ਕੇ ਸਟੇਟ ਤੋਂ ਇੱਧਰ ਨੂੰ ਆਪਾਂ ਮੁੰਡੀਆਂ ਵਾਲੇ ਪਾਸੇ ਨੂੰ ਆਏ ਹਾਂ ਨਿਕਲੇ ਹਾਂ ਉਹਦੇ ਬਾਅਦ ਇੱਕ ਮੋਟਰਸਾਈਕਲ ਵਾਲਾ ਮੇਰੇ ਪਿੱਛੇ ਲੱਗਿਆ ਉੱਥੋਂ ਜੀ ਆਉਂਦੇ ਆਉਂਦੇ ਚੌਂਕੀ ਵਾਲੇ ਰਸਤੇ 'ਤੇ ਇਹਨਾਂ ਨੇ ਮੈਨੂੰ 2 ਵਾਰੀ ਮੇਰੇ ਐਕਟੀਵਾ ਦੇ ਮੂਹਰੇ ਮੋਟਰਸਾਈਕਲ ਲਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਸਾਈਡ ਦੀ ਕਰਕੇ ਕੱਢ ਲਿਆ ਜਦੋਂ ਮੈਂ ਉੱਥੋਂ ਆ ਕੇ ਆਪਣੀ ਗਲੀ ਦੇ ਵਿੱਚ ਐਂਟਰ ਕੀਤਾ ਗਾ ਐਂਟਰ ਕਰਦੇ ਹੋਏ ਮੈਨੂੰ ਵਾਈਫ ਨੇ ਬਾਅਦ 'ਚੋਂ ਦੱਸਿਆ ਕਿ ਇਹ ਆਪਣੇ ਪਿੱਛੇ ਕਦੋਂ ਦੇ ਹੱਥ ਪੱਲੇ ਮਾਰਦੇ ਪਏ ਨੇ ਪਰ ਜਦੋਂ ਮੈਂ ਆ ਕੇ ਐਕਟੀਵਾ ਰੋਕੀ ਐਕਟੀਵਾ ਰੋਕ ਕੇ ਵਾਈਫ ਮੇਰੀ ਉਤਰਨ ਲੱਗੀ ਤਾਂ ਉਸ ਟਾਈਮ ਉਹ ਆ ਕੇ ਸਾਡੇ ਕੋਲੇ ਖੜ ਗਏ ਕੋਲੇ ਖੜੇ ਤਾਂ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੈਨੂੰ ਤਕਲੀਫ਼ ਕੀ ਆ ਉਹ ਕਹਿੰਦਾ ਜਦੋਂ ਉਹ ਮੇਰੇ ਕੋਲ ਦੀ ਆਉਣ ਲੱਗੇ ਸਾਡੀ ਉਹਦੇ ਵਿੱਚ ਹੱਥੋਂ ਪਾਈ ਹੋਈ ਮਾੜੀ ਮੋਟੀ ਅਤੇ ਹੱਥੋਂ ਪਾਈ ਦੇ ਵਿੱਚ ਉਹ ਛੜਾ ਕੇ ਇੱਕ ਬੁਲਟ 'ਤੇ ਸੀ 3 ਮੁੰਡੇ ਬੁਲਟ 'ਤੇ ਸੀਗੇ ਪਿੱਛੋਂ ਬੁਲਟ 'ਤੇ ਵੀ ਆ ਗਿਆ ਸੀਗਾ ਅਤੇ 3 ਮੁੰਡੇ ਸਪਲੈਂਡਰ ਮੋਟਰਸਾਈਕਲ 'ਤੇ ਸੀਗੇ ਇਹ 6 ਜਣੇ ਸੀ 6 ਜਣੇ ਫਿਰ ਉੱਥੋਂ ਐਟ ਏ ਟਾਈਮ ਭੱਜ ਗਏ ਅਤੇ ਅਸੀਂ ਉਹਨਾਂ ਨੂੰ ਦੇਖਿਆ ਪਿੱਛਾ ਕੀਤਾ ਸਾਨੂੰ ਲੱਭੇ ਨਹੀਂ ਉਹਦੇ ਬਾਅਦ ਇਹ 30 ਤੋਂ 35 ਮੁੰਡੇ ਲੈ ਕੇ ਦੁਬਾਰਾ ਸਾਡੀ ਗਲੀ 'ਚ ਮੇਰੇ ਘਰ ਦੇ ਬਾਹਰ ਮੈਂ ਇਕੱਲਾ ਬੈਠਾ ਸੀ ਮੇਰੇ 'ਤੇ ਆ ਕੇ ਇਹਨਾਂ ਨੇ ਹਮਲਾ ਕੀਤਾ ਕਿ ਕਾਰਨ ਕੀ ਸੀਗਾ ਕਾਰਨ ਭਾਅ ਜੀ ਇਹੀ ਸੀਗਾ ਕਿ ਇਹ ਮੈਨੂੰ ਜਿੱਥੇ ਕਿ ਸ਼ੱਕ ਆ ਕਿ ਇਹ ਲੁੱਟ ਖੋਹ ਕਰਨ ਦੇ ਮਾਮਲੇ ਦੇ ਵਿੱਚ ਮੇਰੇ ਪਿੱਛੇ ਲੱਗੇ ਹੋਏ ਸੀਗੇ ਤੁਹਾਡੇ ਕੋਲ ਕੈਸ਼ ਜਾਂ ਕੁਛ ਇੱਦਾਂ ਦੀਆਂ ਚੀਜ਼ਾਂ ਸੀ ਮੈਂ ਦੁਕਾਨ ਵਧਾ ਕੇ ਆ ਰਿਹਾ ਸੀ ਮੇਰੇ ਕੋਲ ਥੋੜ੍ਹਾ ਜਿਹਾ ਕੈਸ਼ ਵੀ ਸੀ ਅਤੇ ਥੋੜ੍ਹਾ